ਬੱਠਲ ਵੀ ਪੈਨੇ ਗੋਹਾ ਸੁੱਟਣ ਉਰੇ ਗੋਹਾ ਕਿਤੇ ਸੁੱਟਣਾ ਅਰੇ ਹੋਏ ਚਟਣੀ ਕੁੱਟਣ ਨੂੰ ਚਟਣੀ ਕੁੱਟਣ ਵਾਸਤੇ ਤੇਰੀ ਬਾਹਾਂ ਦੁਖਦੀਆਂ ਨੇ ਕਹਿੰਦੀ ਪਹਿਲਾਂ ਹੀ ਉਹ ਕਰਤਾ ਪਹਿਲਾਂ ਹੀ ਮੁੱਕਰ ਗਈ ਓਏ ਹੈਲੋ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਪ ਸੋ ਸਾਰੇ ਠੀਕ ਠਾਕ ਹੋਵੋਗੇ ਅਤੇ ਅੱਜ ਦਾ ਵਲੋਗ ਭਾਈ ਆਪਾਂ ਸ਼ੁਰੂ ਕਰਦੇ ਹਾਂ ਬਹੁਤ ਸੋਹਣੇ ਮਾਹੌਲ ਦੇ ਨਾਲ ਅੱਜ ਉਰੇ ਸਾਡੇ ਕਹਿੰਦੀ ਪਤਝੜ ਚੱਲਦੀ ਆ ਭਾਈ ਲਾ ਤੁਹਾਨੂੰ ਦਿਖਾਈਏ ਮਾਹੌਲ ਪਹਿਲਾਂ ਤਾਂ ਅਰੇ ਪੱਤੇ ਝੜ ਗਏ ਠੰਡੀ ਠੰਡੀ ਹਵਾ ਉੱਤੋਂ ਸਿਆਲਾਂ ਦਾ ਟਾਈਮ ਉੱਤੋਂ ਅੱਧੀਆਂ ਬਾਹਾਂ ਓ ਮਾਈ ਗੋਡ ਮੈਂ ਕਿਹਾ ਓ ਮਾਈ ਗੋਡ ਕਹਿੰਦੇ ਸ਼ਕੀਰਾ ਸ਼ਕੀਰਾ ਹੋ ਗਈ ਜੀ ਕਹਿੰਦੇ ਸਟੈਫ ਲੰਡਨ ਚਲੋ ਬਾਈ ਰਹੀਆਂ ਹਾਸੀਆਂ ਖੇਡੀਆਂ ਅਤੇ ਅੱਜ ਜੱਟੋ ਉੱਥੇ ਚੱਲੇ ਆਪਾਂ ਮਤਲਬ ਪੰਜਾਬੀ ਇੱਥੇ ਸ਼ੋਪ ਹੈ ਕੋਈ ਆਪਣੀ ਕਹਿੰਦੇ ਉੱਥੇ ਪੰਜਾਬੀ ਵਿਰਸਾ ਵਿਕਦਾ ਮਤਲਬ ਕਿ ਇਕਿਪਮੈਂਟਸ ਵਿਕਦੀਆਂ ਨੇ ਕੋਈ ਵੀ ਚੀਜ਼ ਲੈਣੀ ਹੈ ਆਪਾਂ ਜਿਹੜੀ ਆਪਣੇ ਪੰਜਾਬੀ ਅਕਸਰ ਘਰਾਂ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਅਤੇ ਆਪਾਂ ਜਾ ਕੇ ਦੇਖਦੇ ਹਾਂ ਕਈ ਜੀ ਸ਼ੋਪ ਆ ਕੀ ਭਾਅ ਨੇ ਕੀ ਕੀ ਹਿਸਾਬ ਕਿਤਾਬ ਹੈ ਅਤੇ ਤੁਹਾਨੂੰ ਦਿਖਾਵਾਂਗੇ ਅਤੇ ਬਹੁਤ ਜ਼ਿਆਦਾ ਕਹਿੰਦੇ ਚੀਜ਼ਾਂ ਉੱਥੋਂ ਹੀ ਮਿਲ ਜਾਂਦੀਆਂ ਆਪਾਂ ਇੰਡੀਆ ਤੋਂ ਹੀ ਭਾਜਨ ਚੱਕ ਲੈਂਦੇ ਹਾਂ ਸਾਰਾ ਕੁਝ ਕਹਿੰਦੇ ਆਲਮੋਸਟ ਮਿਲ ਜਾਂਦਾ ਉੱਥੇ ਅਤੇ ਸ਼ੋਪ ਵੀ ਆਪਣੇ ਨੇੜੇ ਹੀ ਆ ਘਰ ਦੇ ਕਹਿੰਦੇ 3 ਮਿੰਟ ਹੀ ਲੱਗਦੇ ਨੇ ਡਰਾਈਵ 'ਤੇ ਹਾਂ ਤਾਂ ਹਨੇਰੇ 'ਚ ਹੀ ਬੈਠੇ ਦੀ ਇਹ ਤਾਂ ਬਾਪੂ ਦੀ ਪਾਰਸਲ ਮੰਗਾਈ ਜਾਂਦੇ ਹਾਂ ਸਾਨੂੰ ਵੇਲਣੇ ਭੇਜਦੇ ਸਾਨੂੰ ਖੁਰਚਣੇ ਭੇਜਦੇ ਹੈਂ ਤਾਂ ਮਤਲਬ ਘਾਟਾ ਹੀ ਬਹੁਤ ਪੈ ਗਿਆ ਉੱਤੋਂ ਸ਼ਿਪਿੰਗ ਦੇ ਚਾਰਜ ਉੱਤੋਂ ਪਾਰਸਲ ਉੱਤੋਂ ਬਾਪੂ ਦੀਆਂ ਗਾਲਾਂ ਕਿ ਤੁਸੀਂ ਇੱਥੇ ਜਾ ਕੇ ਵੀ ਨਹੀਂ ਟਿਕਦੇ ਅਤੇ ਫਿਰ ਅੱਜ ਅਸੀਂ ਆਪ ਹੀ ਬਈ ਸ਼ੋਪ 'ਤੇ ਹੀ ਚੱਲੇ ਹਾਂ ਜਾ ਕੇ ਦੇਖਦੇ ਹਾਂ ਜੇ ਸਾਰਾ ਕੁਝ ਉੱਥੇ ਹੀ ਮਿਲ ਗਿਆ ਤਾਂ ਨਾਲੇ ਗਾਲਾਂ ਤੋਂ ਬਚਾਂਗੇ ਨਾਲੇ ਖਰਚਾ ਘੱਟ ਜੂਗਾ ਦੇਖਦੇ ਹਾਂ ਹਿਸਾਬ ਕਿਤਾਬ ਅਤੇ ਜੱਟੋ ਜੇ ਆਪਣਾ ਉੱਥੇ ਹੀ ਲੋਟ ਆ ਗਿਆ ਬਈ ਸਾਰੀਆਂ ਬੀਬੀਆਂ ਭੈਣਾਂ ਤੁਹਾਨੂੰ ਦੱਸੀਏ ਜੇ ਉੱਥੇ ਹੀ ਮਤਲਬ ਕਿ ਆਪਣੇ ਭਾਅ ਭੂ ਜੇ ਲੋਟ ਆ ਗਏ ਚੀਜ਼ਾਂ ਸਾਰੀਆਂ ਮਿਲਦੀਆਂ ਹੋਈਆਂ ਤਾਂ ਇੰਡੀਆ ਤੋਂ ਇੰਨਾ ਬਾਜਣ ਚੱਕਣ ਦੀ ਲੋੜ ਨਹੀਂ ਆਪਦੇ ਸੂਟ ਸਾਟ ਵੱਧ ਲੈ ਆਇਆ ਕਰਿਓ ਨਾਲੇ ਪਤਾ ਹੀ ਆਪਾਂ ਨੂੰ ਸੂਟਾਂ ਦਾ ਕਿੰਨਾ ਚਾਅ ਹੁੰਦਾ ਉਹ ਭਾਂਡੇ ਚੱਕੀ ਜਾਂਦੇ ਰਹਿਣੇ ਮੇਰਾ 23 ਕਿਲੋ ਦਾ ਵਜਨ ਦੀ ਬਾਈ ਜਦੋਂ ਮੈਂ ਆਈ ਸੀ ਉਹਦੇ 'ਚ ਮੈਨੂੰ ਐਂ ਲੱਗਦਾ ਉਹ 13-14 ਕਿਲੋ ਤਾਂ ਭਾਂਡੇ ਹੀ ਪਾਤੇ ਇਹਨਾਂ ਨੇ ਭਾਂਡੇ ਰਜਾਈਆਂ ਇਹੋ ਜਿਹਾ ਕੁਛ ਹੈ ਨਾ ਕੱਪੜੇ ਮੇਰੇ ਸਾਰੇ ਮਨ ਲੱਗਦਾ ਉੱਪਰਲੇ ਉਹਦੇ 'ਚ ਜਿਹੜਾ ਹੈਂਡਬੈਗ ਜਿਹਾ ਹੁੰਦਾ ਉਹਦੇ 'ਚ ਹੀ ਪਾ ਕੇ ਲਿਆਂਦੇ ਸੀਗੇ ਬਾਹਲਾ ਧੱਕਾ ਹੋਇਆ ਸੀ ਮੇਰੇ ਨਾਲ ਤਾਂ ਅਤੇ ਕਈਆਂ ਨਾਲ ਐਂ ਹੁੰਦਾ ਮੋਸਟਲੀ ਐਂ ਹੁੰਦਾ ਆਸਟ੍ਰੇਲੀਆ ਦਾ ਨਾ ਲਗੇਜ ਘੱਟ ਹੁੰਦਾ ਅਤੇ ਕੱਪੜਿਆਂ ਥਾਂ ਭਾਂਡੇ ਭੂੰਡੇ ਪਾ ਕੇ ਤੋਰ ਦਿੰਦੇ ਨੇ ਘਰ ਦੇ ਵੀ ਕਿੱਥੋਂ ਖਰੀਦੋਗੇ ਕੱਪੜੇ ਤਾਂ ਲਏ ਵੀ ਜਾਣਗੇ ਕੱਪੜੇ ਉਰੇ ਮਹਿੰਗੇ ਬਹੁਤ ਪੈਂਦੇ ਨੇ ਆਸਟ੍ਰੇਲੀਆ ਦੇ ਵਿੱਚ ਜੇ ਆਪਾਂ ਇੱਕ ਲੋਅਰ ਜਿਹੜੀ ਆਪਣੀ ਇੱਥੇ ਮਿਲ ਜਾਂਦੀ ਹੈ 1000 ਕੁ ਦੀ ਮਿਲ ਜਾਂਦੀ ਹੈ ਇੰਡੀਆ ਦੇ ਵਿੱਚ ਉਰੇ ਲੋਅਰਾਂ $20 ਦੀ ਮਿਲਣੀ ਚਾਹੀਦੀ ਹੈ 1000 ਦੇ ਹਿਸਾਬ ਨਾਲ ਪਰ ਨਹੀਂ ਉਰੇ 100-150 ਦੀ ਡਾਲਰ ਦੀ ਲੋਅਰ ਆਉਂਦੀ ਹੈ ਵਧੀਆ ਸੋ ਕੱਪੜੇ ਕੁੱਪੜੇ ਵੱਧ ਲੈ ਕੇ ਆਇਆ ਕਰੋ ਹੌਲੀ ਹੌਲੀ ਇਹ ਚੀਜ਼ 'ਤੇ ਬਲੌਗ ਬਣਾਵਾਂਗੇ ਸਪੈਸ਼ਲ ਬਰੀਫ ਦੇ ਵਿੱਚ ਵੀ ਕਿਹੜੀ ਚੀਜ਼ ਕਿੱਦਾਂ ਹੋਣੀ ਚਾਹੀਦੀ ਹੈ ਨਾ ਅਤੇ ਤੁਹਾਨੂੰ ਵਧੀਆ ਜਾਣਕਾਰੀ ਮਿਲੂ ਫਿਰ ਉਹ ਚੀਜ਼ ਤੋਂ ਅਤੇ ਚਲੋ ਅੱਜ ਆਪਾਂ ਚੱਲਦੇ ਹਾਂ ਸ਼ੋਪ 'ਤੇ ਫਿਰ ਆ ਜਾਓ ਉੱਧਰ ਨੂੰ ਹੀ ਦਿਖਾਈਏ ਤੁਹਾਨੂੰ ਵੀ ਮਾਹੌਲ ਕੀ ਹੈ ਤੂੰ ਪਹਿਲਾਂ ਹੀ ਤਿਆਰ ਹੋ ਕੇ ਬਹਿ ਗਿਆ ਓਏ ਤੇਰਾ ਕਿਹੜਾ ਵੀ ਕੰਮ ਅੱਜ ਉੱਥੇ ਉਹ ਤਾਂ ਬੁੜੀਆਂ ਦਾ ਕੰਮ ਆ ਹੈ ਜੋ ਆਪਣੀ ਚੱਲ ਤੂੰ ਇੱਥੇ ਬੈਠਾ ਰਹਿ ਅਸੀਂ ਵਗ ਜਾਂਦੇ ਤੂੰ ਇੱਥੇ ਬੈਠਾ ਰਹਿ ਜੀ ਚੰਗਾ ਚੱਲ ਗਾ ਹੋ ਓਏ ਆ ਕਿੰਨੇ ਪਏ ਉਧਰ ਨੂੰ ਓਏ ਬੇਲਣਾ ਲੈਣਾ ਏ ਮੈਂ ਚੱਕਲਾ ਬੇਲਣਾ ਲੈਣਾ ਦੇਖੀ ਅਰਸ਼ ਚੱਕਲਾ ਬੇਲਣਾ ਦੇਖੀ ਬੇਲਣਾ ਲੈਣਾ ਓਏ ਆ ਕਿੰਨੇ ਸੋਹਣੇ ਨੇ ਆ ਦੇਖੋ ਕਿੰਨਾ ਓਏ ਦੇਖਾਂ ਮੈਂ ਇੰਡੀਆ ਵਾਲੇ ਨੂੰ ਹੁੰਦਾ ਇੱਥੇ ਕੁਛ ਨਹੀਂ ਮਿਲਦਾ ਕੁਛ ਨਹੀਂ ਮਿਲਦਾ ਸਾਰਾ ਕੁਛ ਮਿਲਦਾ ਰੇ
ਸਾਰੇ ਕਿਸੇ ਇੱਕ ਕੜਛੀ ਲੈਣੀ ਹੈ, ਕਿਸੇ ਨੇ ਕੜਛਾ ਲੈਣਾ ਹੈ, ਛਾਨਣਾ ਲੈਣਾ ਹੈ, ਜੋ ਮੰਜਾ ਲੈ ਲਓ, ਸਾਰਾ ਕੁਛ ਮਿਲਦਾ। ਮੰਮੀ ਇੱਥੇ ਦੇ ਕੁੰਡੇ ਪਏ ਨੇ, ਆ ਦੇਖੋ ਏ ਚਟਣੀ ਕੁੱਟਣ ਨੂੰ, ਚਟਣੀ ਕੁੱਟਣ ਵਾਸਤੇ ਤੇਰੀਆਂ ਬਾਹਾਂ ਦੁਖਦੀਆਂ ਨੇ ਕਹਿੰਦੇ, ਪਹਿਲਾਂ ਹੀ ਉਹ ਕਰਤਾ, ਪਹਿਲਾਂ ਹੀ ਮੁੱਕਰ ਗਈ ਓਏ, ਬਾਹਾਂ ਸੋਹਣੀਆਂ ਨੇ, ਪਰ ਬੱਠਲ ਵੀ ਪੈਣੇ ਗੋਹਾ ਸੁੱਟਣ ਨੂੰ, ਉਰੇ ਗੋਹਾ ਕਿਹਦੇ ਸੁੱਟਣਾ, ਦੇਖ ਗੋਹਾ ਸੁੱਟਣ ਨੂੰ ਨੀ ਹੈਗੇ ਨਿਆਣੇ ਨੂੰ ਨਵਾਉਣ ਨੂੰ ਰੱਖਿਆ, ਨਿਆਣੇ ਗੋਰੀਆਂ ਉਹ ਕਾਂਡੇ ਤੇ ਕਿੰਨੇ ਤਿੱਖੇ ਨੇ ਗੱਲ ਪੜ ਦੇਣਗੀਆਂ, ਪੰਜਾਬੀ ਤਾਂ ਨਹੀਂ ਆ ਤਾਂ ਪਏ ਦੂਜੇ ਪੰਜਾਬੀ ਤਾਂ ਲੈ ਕੇ ਆਉਂਦੇ ਹੋਣੇ, ਕਿਹੜੀ ਵਾਰਤਾਲਾਪ ਹੋ ਰਹੀ ਹੈ, ਮੈਂ ਚਰਖਾ ਉਹ ਚਰਖਾ ਵੀ ਮੈਂ ਤੇ ਗਾਂ ਗਾਂ ਇੱਥੇ ਦੇਖਣ ਨੂੰ ਨਹੀਂ ਮਿਲਦੀ, ਉਹ ਚਰਖਾ ਵੀ ਦੇਖੋ ਤੇ ਚਰਖੇ ਵੀ ਬਣੇ ਨੇ, ਲੈਣੇ ਜੰਮ ਲਿਆ ਉਹਨਾਂ ਤੋਂ ਲੈ ਜੀ ਨਾ ਹੁੰਦੇ ਹੁਣ ਚਰਖਾ ਨਹੀਂ, ਜੋ ਬਣੇ ਕਹਦੇ ਕਰਾਂਗੇ ਵੀ ਤੂੰ ਹੀ ਕਰ ਦੇ ਉਹਦੇ ਚੱਕ ਦੇ, ਚਰਖਾ ਕੌਣ ਕਰਦਾ ਹੈ, ਚਰਖੇ ਦੇ ਮਿੱਤਰ ਉਰੇ ਆਈ ਕਾਪੀ ਕੰਪੀਟੀਸ਼ਨ ਹੁੰਦੇ ਨੇ, ਬਾਂਦਰ ਨੀ ਹੈਗਾ, ਬਾਬਾ ਉਹੀ ਅੱਜ ਤਾਂ ਸਾਡੇ ਨਾਲ ਕਾਫੀ ਕਲੋਲ ਹੋ ਗਈ ਆ, ਨਿਆਣੇ ਜੇ ਇਹਨੂੰ ਉਹੀ ਕਹਿੰਦੇ ਹੁੰਦੇ ਨੇ ਨਾ, ਕਹਿੰਦੇ ਬਾਹਰਲੇ ਮੁਲਕਾਂ ਦੇ ਵਿੱਚ ਹੁਣ ਪਤਾ ਹੀ ਆ, ਨਿਆਣੇ ਆਪ ਨੀ ਨਾ ਉਰੇ ਸਾਂਭੇ ਜਾਂਦੇ, ਮਾਂ ਪਿਓ ਦੋਨੇ ਕੰਮ ਤੇ ਜਾਂਦੇ ਨੇ ਤੇ ਜਵਾਕਾਂ ਨੂੰ ਡੇ ਕੇਅਰ 'ਚ ਛੱਡ ਦਿੰਦੇ ਆ ਨਾ, ਸਵੇਰ ਤੋਂ ਸ਼ਾਮ ਉੱਥੇ ਸਾਂਭਦੇ ਆ, ਜੇ ਉਹ ਫਿਰ ਚੀਜ਼ਾਂ ਵੀ ਹੋਈਆਂ ਜੀ ਸਿੱਖਦੇ ਜਿਹੇ ਜਵਾਕਾਂ ਨਾਲ ਰਹਿੰਦੇ, ਜਿਵੇਂ ਗੋਰਿਆਂ ਦੇ ਜਵਾਕਾਂ ਨਾਲ ਰਹਿੰਦੇ ਉਹੀਆਂ ਚੀਜ਼ਾਂ ਸਿੱਖਦੇ ਨੇ ਹਨਾ, ਤੇ ਇਹ ਚੀਜ਼ ਵੈਸੇ ਕਿਤੇ ਨਾ ਕਿਤੇ ਗਾਹਾਂ ਜਾ ਕੇ ਔਖਾ ਵੀ ਕਰਦੀ ਹੈ ਜਵਾਕਾਂ ਨੂੰ ਹਨਾ, ਉਹ ਚੀਜ਼ਾਂ ਦਾ ਪਤਾ ਹੀ ਨਹੀਂ ਲੱਗਦਾ ਹੈਗੀਆਂ ਜਿਹੜੀਆਂ ਬਾਰੇ ਪਤਾ ਤਾਂ ਹੋਣਾ ਚਾਹੀਦਾ, ਬਹੁਤ ਚੀਜ਼ਾਂ ਤੋਂ ਜਵਾਕ ਬਾਂਝੇ ਰਹਿ ਜਾਂਦੇ ਨੇ, ਤੇ ਉਹੀ ਸਾਡੇ ਨਾਲ ਕਲੋਲ ਕਈ ਵਾਰ ਮਾਂ ਪਿਓ ਵਾਸਤੇ ਪ੍ਰੋਬਲਮ ਬਣ ਜਾਂਦੀ, ਤੇ ਸਾਡੇ ਵਾਸਤੇ ਅੱਜ ਬਹੁਤ ਵੱਡੀ ਪ੍ਰੋਬਲਮ ਬਣ ਗਈ ਸੀਗੀ, ਜੇ ਬਹੁਤ ਮਤਲਬ ਹੁਣ ਤਾਂ ਕੋਸ਼ਿਸ਼ ਕਰਦੇ ਹੁੰਦੇ ਹਾਂ ਗੁਰੂ ਘਰ ਲੈ ਕੇ ਜਾਂਦੇ ਹਾਂ ਉਹ ਕਰਦੇ ਹਾਂਗੇ, ਪਰ ਹੌਲੀ ਹੌਲੀ ਜਵਾਕ ਨੇ ਲੈਣ 'ਤੇ ਆਉਂਦੇ ਨੇ ਹਨਾ, ਕਿਉਂਕਿ ਹੁਣ ਉਹ ਡੇ ਕੇਰਾਂ ਦੇ ਵਿੱਚ ਉਹ ਚੀਜ਼ਾਂ ਸਿੱਖੀਆਂ ਨੇ ਛੋਟੇ ਹੁੰਦੇ ਨੇ, ਅਤੇ ਥੋੜ੍ਹਾ ਔਖਾ ਤਾਂ ਹੈ ਖਰ ਇਹ ਚੀਜ਼ਾਂ ਨੂੰ ਹੁਣ ਹੈਂਡਲ ਕਰਨਾ, ਗਾਂ ਥੋੜ੍ਹੀ ਆ, ਕਿਉਂਕਿ ਗੋਡ ਸਾਰਿਆਂ ਵਿੱਚ ਹੀ ਹੁੰਦਾ, ਕਿਉਂਕਿ ਉਹ ਤਾਂ ਪੁੱਤ ਰੱਬ ਤਾਂ ਸਾਰਿਆਂ ਵਿੱਚ ਹੀ ਆ, ਦੇਖ ਲਿਆ ਗੋਡ ਸਾਰਿਆਂ ਚ ਹੀ ਹੁੰਦਾ, ਇਹ ਕਿਤੇ ਛਿੱਤਰ ਪਵਾਊਗਾ ਆਪਣੇ ਪੁੱਤੋ, ਬਾਬਾ ਜੀ ਨੇ ਮੱਥਾ ਟੇਕ ਕੇ ਗਲਤੀ ਮੰਨਦਾ ਉਹਨਾਂ ਤੋਂ, ਸੋਰੀ ਕਰ ਬਾਬਾ ਜੀ ਨੂੰ, ਇਹ ਥੱਪੜ ਲਾਓ, ਇਹ ਬਾਰ ਬਾਰ ਹਟਦੇ ਨੇ, ਇੱਕੋ ਗੱਲ ਹੀ ਕਰੀ ਜਾਂਦਾ, ਨਹੀਂ ਪੁੱਤੋ ਉਹ ਨਹੀਂ ਹੈਗਾ, ਉਹ ਤਾਂ ਬਾਬਾ ਇੱਕ ਗੱਲ ਹੈਗੀ ਆ, ਉਰੇ ਦੇ ਜਵਾਕਾਂ ਨੂੰ ਨਾ ਜਮਾਂ ਹੀ ਨਹੀਂ ਪਤਾ ਹੈਗਾ, ਇਹ ਤੁਹਾਨੂੰ ਇੰਡੀਆ ਲਿਜਾ ਕੇ ਛੱਡਣ ਵਾਲਾ 2-3 ਸਾਲ, ਉੱਥੋਂ ਵੱਡਾ ਕਰਕੇ ਉਰਾ ਲਿਆਉਣਾ ਚਾਹੀਦਾ ਹਨਾ, ਜਿਹੜੇ ਉਰੇ ਆ ਕੇ ਵੱਡੇ ਹੁੰਦੇ ਨੇ ਕੁਛ ਭਤੀਜਦੇ ਨਹੀਂ, ਨਹੀਂ ਪੁੱਤ ਤੈਨੂੰ ਦਿਖਾ ਕੇ ਲੈ ਗਿਆ, ਕੋਈ ਤੈਨੂੰ ਮੰਦਰ ਚ ਦਿਖਾ ਕੇ, ਇਹਨੂੰ ਮੰਦਰ ਲੈ ਕੇ ਜਾਵਾਂਗੇ ਕਿਸੇ ਦਿਨ, ਇਹ ਤੇ ਲਿਆਈ ਤੇਰੇ ਵਾਸਤੇ ਆ ਜੋਬਣ, ਹੈ ਨਾ ਇਹ ਜੋਬਣ ਵਾਸਤੇ ਲੈਤਾ, ਜੋਬਣ ਕਰੀ ਬੈਠਾ, ਕਿਵੇਂ ਕਰਦਾ ਤੇ ਖੇਡ ਹੀ ਬਣਾ ਲੈਂਦਾ, ਐ ਲੱਗਿਆ ਕਰੂਗਾ, ਲੈ ਵੀ ਬਾਬੇ ਉਹ ਜਾ ਆਏ ਆਪਾਂ ਉੱਥੇ, ਪਰ ਐਂ ਆ ਵੀ ਕੋਈ ਗੱਲ ਜੀ ਖਾਸ ਨਹੀਂ, ਦੇਖ ਸਮਾਨ ਤਾਂ ਵਧੀਆ ਪਰ ਰੇਟ ਬਹੁਤ ਲਾਇਆ ਹੋਇਆ, ਜਾਂ ਤਾਂ ਆਏ ਪਏ ਨੇ ਅਤੇ ਇਹ ਚੀਜ਼ਾਂ ਮਤਲਬ ਨਿੱਕੀਆਂ ਚੀਜ਼ਾਂ, ਆਪਾਂ ਪੀੜ੍ਹੀ ਦੇਖੀ ਤੀ ਆਪਾਂ ਜਿਹੜੀ ਇੰਡੀਆ 'ਚ ਪੀੜ੍ਹੀ ਹੁੰਦੀ ਆ ਉਹ $60-65 ਦੀ ਪੀੜ੍ਹੀ ਲਾਈ ਪਈ ਆ, ਇੰਡੀਆ ਦਾ ਦੇਖ ਲਓ ਕਿੰਨੇ ਰੁਪਈਏ ਬਣ ਗਏ ਹੈ ਨਾ, ਇੱਦੂ ਵਧੀਆ ਤਾਂ ਫਿਰ ਇੰਡੀਆ 'ਤੇ ਹੀ ਮੰਗਾ ਲਏ ਮੈਨੂੰ ਲੱਗਦਾ, ਪਾਰਸਲ ਕਰਾ ਲਏ, ਪਾਰਸਲ 'ਤੇ ਵੀ ਉਹਨਾਂ ਖਰਚਾ ਨਹੀਂ ਪੈਂਦਾ ਹੈਗਾ, ਉਰੇ ਤਾਂ ਬਹੁਤ ਹੋਆ, ਗਏ ਸੀਗੇ ਵੀ ਚਲ ਕੋਈ ਚੀਜ਼ ਵਧੀਆ ਹੋਊਗੀ, ਹੋ ਸਕਦਾ ਇੱਕ ਅੱਧੀਆਂ ਚੀਜ਼ਾਂ ਵਿੱਚ ਨਿੱਘੀਆਂ ਮੋਟੀਆਂ ਜੀਆਂ ਆ ਜਾਣ ਕੰਮ ਦੀਆਂ, ਪਰ ਬਹੁਤ ਔਖਾ ਮਹਿੰਗਾ ਪੈਂਦਾ ਨਾ ਕੰਮ, ਹਾਂ ਇੱਕ ਇੱਕ ਵਾਰ ਤਾਂ ਸਾਰਾ ਕੁਛ ਟਰਾਈ ਕਰੋ ਇੰਡੀਆ 'ਤੇ ਲੈ ਕੇ ਆਇਆ ਕਰੋ, ਮੈਨੂੰ ਐਂ ਸੀਗਾ ਵੀ ਲੈ ਬਣੂਗੀ ਗੱਲ ਜੀ, ਪਰ ਨਾ
ਰਜਾਈਆਂ ਰਜੂਈਆਂ ਇੰਡੀਆ ਤੇ ਲੋਟ ਰਹੇ ਨੇ। ਮੈਂ ਕਹਿੰਦੀ ਲਗੇ ਜੀ ਐਡ ਕਰਾ ਲਏ ਪੈਸੇ ਦੇ ਕੇ ਥੋੜੇ ਬਹੁਤੇ, ਜੇ 10-12 ਹਜ਼ਾਰ ਲੱਗ ਕੇ ਕੁਛ ਕੁ ਮੈਨੂੰ ਲੱਗਦਾ 1 ਲਗੇ ਐਡ ਹੋ ਜਾਂਦਾ ਹੁੰਦਾ, ਉਹੀ ਕਰਾ ਲਏ ਹੈ ਨਾ। ਆਹ ਤਾਂ ਫਿਰ ਕੰਮ ਆਊਗਾ। ਹੋਪ ਸੋ ਤੁਹਾਨੂੰ ਮਤਲਬ ਕਿ ਵਲੋਗ ਵਧੀਆ ਲੱਗਿਆ ਹੋਊਗਾ। ਲਾਈਕ ਸ਼ੇਅਰ ਸਬਸਕ੍ਰਾਈਬ ਸਪੋਰਟ ਪੱਕਾ ਕਰਿਓ। ਅਤੇ ਆਪਣਾ ਹੁਣ ਫੇਸਬੁੱਕ ਦੇ ਉੱਪਰ ਵੀ ਪੇਜ ਬਣ ਗਿਆ, ਸੇਮ ਹੀ ਨਾਮ ਰੱਖਿਆ ਉਹਦਾ, ਸੰਗਰੂਰ ਤੋਂ ਸਿਡਨੀ। ਉੱਧਰ ਵੀ ਤੁਹਾਡੀ ਮਾੜੀ ਜਿਹੀ ਸਪੋਰਟ ਦੀ ਲੋੜ ਹੈ, ਜ਼ਰੂਰ ਕਰੋ ਲਾਈਕ ਸਬਸਕ੍ਰਾਈਬ ਫੋਲੋ ਜ਼ਰੂਰ ਕਰੋ। ਉੱਥੇ ਵੀ ਆਪਾਂ ਨਵੀਆਂ ਨਵੀਆਂ ਚੀਜ਼ਾਂ ਅਪਡੇਟ ਕਰਾਂਗੇ, ਨਵੀਆਂ ਨਵੀਆਂ ਵੀਡੀਓਜ਼ ਵਲੋਗਸ ਲੈ ਕੇ ਆਵਾਂਗੇ। ਅਤੇ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਸ਼ੋਰਟ ਸਟੋਰੀਜ਼ ਮੂਵੀਜ਼ ਹੁੰਦੀਆਂ ਨੇ ਜਿਹੜੀਆਂ, ਮਤਲਬ ਕਿ ਹਾਂ 25-30 ਮਿੰਟ ਦੀ, ਉਹ ਵੀ ਬਣਾਵਾਂਗੇ। ਪਰ ਥੋੜ੍ਹੀ ਜਿਹੀ ਹਜੇ ਪੇਜ ਨੂੰ ਹੋਰ ਸਪੋਰਟ ਦੀ ਲੋੜ ਹੈ। ਤੁਹਾਨੂੰ ਚੰਗੇ ਤਰੀਕੇ ਨਾਲ ਦਿਖਾਵਾਂਗੇ ਕਿ ਬਾਹਰ ਦੀ ਲਾਈਫ ਕਿੱਦਾਂ ਦੀ ਹੈ, ਕੀ ਕੀ ਹਿਸਾਬ ਕਿਤਾਬ ਹੈ, ਕਿੱਦਾਂ ਜਿਹੜੇ ਵੀਰ ਭਾਈ ਆਉਂਦੇ ਨੇ ਬਹੁਤ ਵਧੀਆ ਗੱਲ ਆ, ਜਿਹੜੇ ਉੱਥੇ ਬੈਠੇ ਨੇ ਜਿਵੇਂ ਹੁਣ ਕਈਆਂ ਦੇ ਨਿਆਣੇ ਆ ਜਾਂਦਾ, ਬੇਬੇ ਬਾਪੂ ਉੱਥੇ ਬੈਠੇ ਦੇਖਦੇ ਆ, ਉਹਨਾਂ ਨੂੰ ਕਿਤੇ ਨਾ ਕਿਤੇ ਹੌਂਸਲਾ ਜਿਹਾ ਮਿਲ ਜਾਂਦਾ ਵੀ ਹਾਂ ਪਤਾ ਲੱਗਦਾ ਵੀ ਕਿੱਥੇ ਜਿਹੜਾ ਇਹਨਾਂ ਨਿਆਣਾ, ਹੈ ਨਾ, ਆਈਡੀਆ ਜਿਹਾ ਮਿਲ ਜਾਂਦਾ। ਸੋ ਉਵੇਂ ਦੇ ਕੰਸੈਪਟ ਵੀ ਲੈ ਕੇ ਆਵਾਂਗੇ। ਸੋ ਉਦੋਂ ਤੱਕ ਲਈ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਆਪਦਾ ਧਿਆਨ ਰੱਖੋ, ਖੁਸ਼ ਰਹੋ।